ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਆਏ ਸੀ ਜੀ ਕਰਨ ਬਾਹੀ, ਜਿਹੜਾ ਆਪਾਂ ਪਹਿਲਾਂ ਪੱਟੇ ਦੀ 7 ਕਿੱਲੇ LR ਦੇ ਕੱਚੇ, ਇਹਨੂੰ ਹੋ ਗਏ 15-20 ਦਿਨ ਹੋ ਗਏ ਆਲੂ ਪੱਟੇ ਨੂੰ। ਚਗਾਈ ਆਪਾਂ ਤਾਂ ਨਹੀਂ ਕਰੀਦੀ, ਚਲੋ ਵੀ ਬੇਲ ਵਿੱਚੇ ਸੁੱਕ ਜੂਗੀ ਅਤੇ ਪੱਤੇ ਤਾਂ ਸੁੱਕ ਗਏ ਬੇਲ ਦੇ, ਬਾਕੀ ਹਲੇ ਗੰਦਲ ਜੀ ਉੱਕਣੇ ਹਰੀ ਆ ਬੇਲ ਵਾਲੀ ਲਾਈਨਾਂ ਦੇ ਵਿਚਾਲੇ ਵਿਚਾਲੇ ਵਾਹੀ ਕਰਕੇ ਚਗਾਉਂਦੇ ਹਾਂ। ਅਤੇ ਹਲ ਆਪਾਂ ਲਿਆਏ ਦੀ ਛੋਟੀ, ਇਸੇ ਕਰਕੇ ਬੜੇ ਹਲਾਂ ਨਾਲ ਫਿਰ ਫਾਂਟ ਇਹਦੇ ਵਿੱਚ ਨੂੰ ਜਾਣੀ ਨਹੀਂ ਤੀ। ਅਤੇ ਮੰਨ ਲਓ ਕੋਈ 9-10-9 ਫੁੱਟ ਦੀ ਜਗ੍ਹਾ, ਇਸੇ ਕਰਕੇ ਆਪਾਂ 11 ਹਲ ਪਾ ਲਏ ਦੀ। ਬਾਕੀ ਲੱਗੇ ਹੋਏ ਨੇ ਬੰਦੇ ਚਗਾਈ ਕਰਨ, ਅਤੇ ਪਿੰਡ ਵੀ ਆਪਣਾ ਪੱਟੇ ਗਏ ਸੀ ਉਹ ਪਲਾਟ ਜਿਹਨੂੰ ਲੱਗੇ ਦੀ, ਬਾਕੀ ਆਪਣਾ ਕਨੈਕਟ ਵਾਲਾ ਹੀ ਆ ਜਿੰਨਾ ਵੀ ਹੈਗਾ LR, ਉਹ ਪੱਟਾਂਗੇ ਮਾੜਾ ਮੌਸਮ ਸਾਫ਼ ਹੋ ਜਾਵੇ, ਫਿਰ ਬੇਲ ਵੜਾ ਕੇ ਉਹਦੀ ਪਟਾਈ ਸ਼ੁਰੂ ਕਰਾਂਗੇ। ਬਾਕੀ ਆਲੂ ਦਾ ਇੰਨਾ ਜ਼ਿਆਦਾ ਹੈ ਨਹੀਂ, ਮਾੜਾ ਮੋਟਾ ਹੀ ਟਮਾਟਰ ਲਾਈ ਆ, ਜਿਹੜਾ ਮਾੜਾ ਮੋਟਾ ਗਿੱਲੇ 'ਚ ਮਿੱਟੀ ਹੇਠ ਦੱਬਿਆ ਜਾਂਦਾ, ਇੱਦਾਂ ਮਾੜੇ ਮੋਟੇ ਹੈਗੇ ਨੇ। ਚਲੋ ਜਿਹੜੀਆਂ ਹੋਣਗੀਆਂ 5-7 ਬੋਰੀਆਂ। ਬਾਕੀ ਮੱਕੀ ਲਾਵਾਂਗੇ ਆਪਾਂ ਉਰੇ 20 ਜਨਵਰੀ ਤੋਂ ਬਾਅਦ, ਦੇਖਦੇ ਹਾਂ ਬਿਜਾਈ ਕਰਾ ਦਾਂਗੇ ਮੌਸਮ ਜੇ ਸਾਫ਼ ਹੋ ਗਿਆ। ਮੌਸਮ ਹਲੇ ਖੁੱਲ੍ਹੇ ਨਹੀਂ, ਸਮਾਰ ਕੇ ਬੱਦਲ ਬਾਈ ਜੀ ਆ। ਆਪਾਂ ਮੱਕੀ ਦਾ ਬੀਜ ਬੀਜਾਂਗੇ ਉਰੇ 1890 ਜਿਹੜਾ ਪਿਛਲੇ ਸਾਲ ਆਇਆ ਸੀ। ਕੀ ਅਠਾਰਾਂ ਨੱਬੇ ਮੱਕੀ ਬੀਜਾਂਗੇ ਅਤੇ ਉਹਦਾ ਝਾੜ ਵੀ ਵਧੀਆ ਦੱਸਦੇ ਨੇ, ਅਤੇ ਜੇ 4 ਵਾਲੇ ਨੂੰ ਬਣਾਉਣੀ ਆ 4 ਵਾਲੇ ਵੀ ਵੱਢ ਲੈਂਦੇ ਨੇ, ਉਹਦੀ ਉਹ ਬਿਜਾਈ ਕਰਾਂਗੇ। ਬਾਹੀ ਸਾਰੇ ਖੇਤਾਂ ਦੀ ਚਗਾਈ ਰਹਿ ਗਈ 2 ਕਿੱਲਿਆਂ ਦੀ ਬਸ। ਹਾਂ ਛੋਟੂ, ਕਿੰਨਾ ਕੁ ਟਾਈਮ ਲੱਗੂ ਹੋਰ, ਕਿੰਨਾ ਕੁ ਟਾਈਮ ਲੱਗੂ ਹੋਰ, ਹੈਂ ਕਿੰਨਾ ਕੁ ਟਾਈਮ ਲੱਗੂ, ਆਹ ਲਵੇ ਲਵੇ ਪਿਆ ਇਹਦੇ, ਆਹ ਆਲੂ ਲਾਏ ਹੋਏ ਸੀ ਵੱਟ ਦੇ ਨਾਲ ਨਾਲ, ਆਹ ਸਾਰਾ ਚੁਗਲੀ ਫਾਂ ਠੀਕ ਆ,
ਇਹਦੇ ਆਹ ਲਵੇ ਵੀ ਆਹਦੇ ਹੈਗੇ ਨੇ ਸਾਈਡ ਸਾਈਡਾਂ ਤੋਂ ਕੱਢ ਲਈ ਹੱਥ ਨਾਲ ਕਿੰਨਾ ਕੁ ਆਲੂ ਆ ਕੱਟੇ ਆ ਹੈ ਨਾ ਬਾਕੀ ਦਾ ਖਰਾਬ ਆਲੂ ਆ ਕੱਟੇ ਆ ਬਾਕੀ ਦਾ ਫਟਿਆ ਉਹ ਆ ਨਾ ਕੱਟਿਆ ਕੁੱਟਿਆ ਹੋਇਆ ਹੋਰ ਸੁਝਾਅ ਦੇ ਕੋਈ ਆਪਣਾ ਠੰਡ ਠੁੰਡ ਕਿੰਨੀ ਕੁ ਫਿਰ ਤਾਂ ਇਹਦਾ ਟੋਪੀ ਵੀ ਲਈ ਸਿਰ ਤੇ ਉਹ ਟੋਪੀ ਅਭੀ ਬੋਰਾ ਖਿੱਚ ਰਿਹਾ ਹੈ ਤਾਂ ਗਰਮੀ ਹੈ ਅੱਛਾ ਕੰਮ ਕਰਤਾ ਹੈ ਤਾਂ ਗਰਮੀ ਰਹਤਾ ਹੈ ਆਲੂ ਨਾ ਛੋਟ ਮਗਰ ਉਹ ਪਿਆ ਉਧਰ ਕੋਈ ਨਹੀਂ ਇਹ ਕਾਲ ਕੋ ਤੋਂ ਬਾਕੀ ਨੱਤਰ ਮਾਰਦਾ ਪੂਰਾ ਜ਼ੋਰ ਤੇ ਇਹਨੂੰ ਹੋ ਚੱਲੇ ਆਪਣੇ ਕੋਲ 6 ਕੁ ਮਹੀਨੇ ਹੋ ਚੱਲੇ ਟਰੈਕਟਰ ਨੂੰ ਕਿਸੇ ਪਾਸਿਓਂ ਲੀਕ ਨਹੀਂ ਕੋਈ ਪ੍ਰੋਬਲਮ ਨਹੀਂ CRDI ਆ ਇਹ ਪੰਪ ਇੰਨਾ ਕੁ ਲੱਗਿਆ ਹੋਇਆ ਛੋਟਾ ਜਿਹਾ 2 ਨਿਊਜ਼ਲਾਂ ਵਾਲਾ ਬਾਕੀ ਆਹ ਜਗ੍ਹਾ ਤੋਂ ਥੋੜ੍ਹੀ ਲੀਕਿੰਗ ਹੋ ਰਹੀ ਆ ਦੇਖੋ ਇਹ ਵੀ ਮਾੜੇ ਮੋਟੇ ਜਾਂ ਠੰਡ ਕਾਰਨ ਹੋ ਸਕਦਾ ਜਾਂ ਇਹਦੇ ਮਾੜੇ ਮੋਟੇ ਨੱਟ ਐਡ ਕਰਨੇ ਪੈਣਗੇ ਵਧੀਆ ਚੱਲਦਾ ਪੂਰਾ ਬਾਕੀ ਮੂਹਰੇ ਵੇਟ ਪਾਉਣ ਵਾਲਾ ਟਰਾਲੀ ਤੇ ਫਿਰ ਕਿਤੇ ਜ਼ਿਆਦਾ ਵਜਨ ਹੁੰਦਾ ਉੱਠ ਕੱਢਦਾ ਏ ਬਾਕੀ ਆਪਾਂ ਜਾ ਕੇ ਆਉਣਾ ਸਮਰਾਲੇ ਹੀਰਾ ਆ ਗਿਆ